ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਔਲਖ, ਮਸਕਾ ਚਸਕਾ ਟਾਈਮ ਤੋਂ। ਦੋਸਤੋ, ਅੱਜ ਅਸੀਂ ਸੁਜਾਨਪੁਰ ਆਏ ਹੋਏ ਹਾਂ। ਦੋਸਤੋ, ਸੁਜਾਨਪੁਰ ਆਉਣ ਦਾ ਕਾਰਨ ਕੀ ਹੈ ਕਿ ਇੱਥੇ ਕ੍ਰਿਸ਼ਨਾ ਨਾਮ ਦਾ ਲੜਕਾ, ਜੋ ਪਿਛਲੇ ਦਿਨ ਇਲਾਜ ਤੋਂ ਬਿਨਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਜਾ ਚੁੱਕਿਆ, ਕਿਉਂਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਇਸ ਬੱਚੇ ਨੂੰ ਕਿਸੇ ਨੇ ਵੀ ਹੌਸਪੀਟਲ ਦੇ ਵਿੱਚ ਇਲਾਜ ਨਹੀਂ ਕੀਤਾ ਅਤੇ ਉਹ ਇਲਾਜ ਤੋਂ ਬਗੈਰ ਹੀ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਿਆ। ਉਸ ਦੇ ਪਰਿਵਾਰਕ ਮੈਂਬਰ ਅੱਜ ਧਰਨੇ 'ਤੇ ਬੈਠੇ ਹਨ। ਉਹਨਾਂ ਦੇ ਨਾਲ ਪ੍ਰੋਫੈਸਰ ਸਤਨਾਮ ਸਿੰਘ ਜੀ ਵੀ ਸ਼ਾਮਿਲ ਹੋਣ ਆਏ ਹਨ। ਦੋਸਤੋ, ਆਜ਼ਾਦ ਹੋਇਆਂ ਨੂੰ ਲਗਭਗ 70 ਸਾਲ ਤੋਂ ਵੱਧ ਹੋ ਚੁੱਕੇ ਹਨ ਅਤੇ ਅੱਜ ਵੀ ਸਾਡੇ ਦੇਸ਼ ਦਾ ਹਾਲ ਇਹ ਹੈ ਕਿ ਸਾਨੂੰ ਧਰਨੇ ਲਾ ਕੇ ਆਪਣੇ ਜਿਹੜੇ ਹੱਕ ਉਹ ਮੰਗਣੇ ਪੈ ਰਹੇ ਹਨ। ਅੰਗਰੇਜ਼ਾਂ ਕੋਲ ਤੋਂ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਧਰਨੇ ਲਾ ਕੇ ਹੱਕ ਮੰਗਦੇ ਸੀ ਤਾਂ ਉਹ ਜਾਇਜ਼ ਲੱਗਦਾ ਸੀ ਕਿਉਂਕਿ ਉਹ ਬਾਹਰ ਦੇ ਸੀ। ਅੱਜ ਸਾਨੂੰ ਆਪਣਿਆਂ ਤੋਂ ਵੀ ਹੱਕ ਮੰਗਣੇ ਪੈ ਰਹੇ ਹਨ। ਪ੍ਰੋਫੈਸਰ ਸਤਨਾਮ ਸਿੰਘ ਜੀ ਨੂੰ ਪੁੱਛਦੇ ਹਾਂ ਕਿ ਇਹ ਲੋਕਤੰਤਰ ਹੈ, ਕਿ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ। ਆਓ ਪ੍ਰੋਫੈਸਰ ਸਤਨਾਮ ਸਿੰਘ ਜੀ ਨਾਲ ਗੱਲ ਕਰਦੇ ਹਾਂ। ਜਤਿੰਦਰ ਜੀ, ਬਹੁਤ ਬਹੁਤ ਧੰਨਵਾਦ। ਮੈਂ ਪ੍ਰੋਫੈਸਰ ਸਤਨਾਮ ਸਿੰਘ, ਡੈਮੋਕ੍ਰੈਟਿਕ ਫਾਊਂਡੇਸ਼ਨ ਦੇ ਵੱਲੋਂ ਮੈਂ ਇੱਥੇ ਅੱਜ ਆਇਆ ਵਾਂ। ਐਕਚੁਅਲੀ ਸਾਡੀ ਜਿਹੜੀ ਸੰਸਥਾ ਹੈ ਉਹ ਸਮਾਜ ਦਾ ਜਿਹੜਾ ਜਿਹੜਾ ਸਿਸਟਮ ਆ ਸਾਡੇ ਦੇਸ਼ ਦਾ, ਉਹਦੇ ਹਰ ਖੇਤਰ ਦੇ ਵਿੱਚ ਜਿਹੜਾ ਮਾਫੀਆ ਫੈਲਿਆ ਹੋਇਆ ਹੈ ਉਹਦਾ ਪਰਦਾਫਾਸ਼ ਕਰਨ ਵਾਸਤੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਔਰ ਥਾਂ ਥਾਂ 'ਤੇ ਅਸੀਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹਦੇ ਨਿਪਟਾਰੇ ਵਾਸਤੇ ਵੀ ਜਾਂਦੇ ਹਾਂ ਅਤੇ ਉਹਨਾਂ ਦੀ ਸਪੋਰਟ ਵਾਸਤੇ ਵੀ ਜਾਂਦੇ ਹਾਂ। ਡਾਕਟਰ ਧੀਰਜ, ਛੋਟੇ ਜਿਹੇ ਬੱਚੇ 7 ਸਾਲ ਦੇ ਕ੍ਰਿਸ਼ਨਾ ਦੀ ਜਿੰਨੀ ਇਹਨਾਂ ਨੇ ਸਪੋਰਟ ਕੀਤੀ ਆ ਵੱਖ ਵੱਖ ਹਸਪਤਾਲਾਂ ਵਿੱਚ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਊਗਾ ਇੰਨੇ ਚਿਰ ਦਾ ਕਿ ਵੱਖ ਵੱਖ ਹਸਪਤਾਲਾਂ ਵਿੱਚ 5 ਹਸਪਿਟਲ ਵਿੱਚ ਗਿਆ, ਜਿਹੜੇ 3 ਜਿਹੜੇ ਪ੍ਰਾਈਵੇਟ ਸੀ ਅਤੇ 2 ਸਰਕਾਰੀ ਸੀਗੇ। ਔਰ ਉਹਨਾਂ ਨੇ ਕਿਸੇ ਵੀ ਹਸਪਤਾਲ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਆਖਰ ਵਿੱਚ ਬੱਚੇ ਦੀ ਡੈਥ ਹੋ ਗਈ। ਅੱਜ ਬੱਚੇ ਦੀ ਮਾਤਾ ਜੀ, ਬੱਚੇ ਦੇ ਪਿਤਾ ਜੀ ਡਾਕਟਰ ਧੀਰਜ ਜੀ ਔਰ ਉਹਨਾਂ ਦੇ ਬ੍ਰਦਰ ਔਰ ਹੋਰ ਬਹੁਤ ਸਾਰੇ ਲੋਕ ਇੱਥੇ ਧਰਨੇ 'ਤੇ ਬੈਠੇ ਹੋਏ ਆ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਡਾਕਟਰ ਧੀਰਜ ਜੀ, ਜਿੱਦਣ ਇਹਨਾਂ ਦੀ ਬੱਚੇ ਦੀ ਡੈਥ ਹੋ ਗਈ ਆ ਉਦੋਂ ਤੋਂ ਬਹੁਤ ਘਬਰਾਏ ਹੋਏ ਸੀ ਵੀ ਮੈਂ ਕਰਾਂ ਕੀ, ਕਿਉਂਕਿ ਬਾਹਰ ਤੋਂ ਇੰਗਲੈਂਡ ਤੋਂ ਆਏ ਸੀਗੇ। ਜਦੋਂ ਸਾਡੇ ਨਾਲ ਇਹਨਾਂ ਦਾ ਸੰਪਰਕ ਹੋਇਆ ਮੈਂ ਇਹਨਾਂ ਨੂੰ ਇਹ ਗੱਲ ਕਹੀ, ਮੈਂ ਵੀ ਧੀਰਜ ਜੀ ਘਬਰਾਉਣਾ ਨੀਗਾ, ਅਸੀਂ ਹਰ ਹੀਲੇ ਤੁਹਾਡੇ ਨਾਲ ਹਾਂ, ਹਰ ਤਰ੍ਹਾਂ ਤੁਹਾਡੇ ਨਾਲ ਹਾਂ। ਔਰ ਪਠਾਨਕੋਟ ਦੀ ਜਿਹੜੀ ਟੀਮ ਸੀ ਉਸੇ ਵੇਲੇ ਮੈਂ ਫੋਨ ਕੀਤਾ ਔਰ ਉਹ ਹਾਜ਼ਰ ਹੋ ਗਈ ਇਹਨਾਂ ਦੇ ਨਾਲ ਹਰ ਗੱਲ ਦੇ ਉੱਤੇ। ਜਿੱਥੇ ਵੀ ਇਹ ਜਾਂਦੇ ਸੀਗੇ, ਚਾਹੇ ਕਿ ਇਹ ਆਫਿਸ ਵਿੱਚ ਜਾਂਦੇ ਸੀਗੇ ਉੱਥੇ ਨਾਲ ਇਹਨਾਂ ਦੇ ਜਾਂਦੀ ਸੀਗੀ, ਜਦੋਂ ਦੇ ਧਰਨੇ 'ਤੇ ਬੈਠੇ ਹੋਏ ਆ ਉਦੋਂ ਵੀ ਸਾਡੀ ਸਾਰੀ ਮੋਰਲ ਸਪੋਰਟ ਆ। ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਸਿਸਟਮ ਆ ਇਹਦੇ ਵਿੱਚ ਸੰਕਟ ਜਦੋਂ ਆਉਂਦਾ ਕਿਸੇ ਆਮ ਬੰਦੇ ਨੂੰ ਤਾਂ ਸਿਸਟਮ ਜਿਹੜਾ ਵਾ ਉਹ ਬੰਦੇ ਦੀ ਕੋਈ ਮਦਦ ਨਹੀਂ ਕਰ ਰਿਹਾ। ਸੰਵਿਧਾਨ ਕਹਿੰਦਾ ਵੀ ਸਿਸਟਮ ਜਿਹੜਾ ਵਾ ਉਹ ਹਰ ਬੰਦੇ ਵਾਸਤੇ ਬਰਾਬਰ ਦਾ ਇਕਨੋਮਿਕ, ਸੋਸ਼ਲ ਅਤੇ ਪੋਲੀਟੀਕਲ ਨਿਆਂ ਦਿੰਦਾ, ਲੇਕਿਨ ਤੁਸੀਂ ਦੇਖ ਰਹੇ ਹੋ ਇੱਥੇ ਕਿ ਇੱਥੇ ਹਰ ਜਿਹੜਾ ਸਿਸਟਮ ਸੰਵਿਧਾਨ ਦੇ ਉੱਤੇ ਜਿਹੜੇ ਲੋਕ ਕਾਬਜ਼ ਹੋ ਚੁੱਕੇ ਨੇ, ਜਿਹੜੇ ਰਾਜ ਕਰ ਰਹੇ ਨੇ, ਉਹ ਇਹੋ ਜਿਹਾ ਤੰਤਰ ਮਾਫੀਆ ਫੈਲ ਚੁੱਕਾ ਹੈ ਕਿ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ, ਕੀੜੇ ਮਕੌੜੇ ਉਹਨਾਂ ਨੂੰ ਸਮਝਿਆ ਜਾਂਦਾ। ਜਦੋਂ ਵੀ ਕੋਈ ਗੱਲ ਹੁੰਦੀ ਆ ਉਦੋਂ, ਜਦੋਂ ਵੀ ਕੋਈ ਸੰਕਟ ਆਉਂਦਾ ਕਿਸੇ ਉੱਤੇ ਵੀ, ਚਾਹੇ ਉਹ ਮੈਡੀਕਲ ਖੇਤਰ 'ਚ ਚਾਹੇ ਕਿਸੇ ਵੀ ਖੇਤਰ, ਈਵਨ ਐਜੂਕੇਸ਼ਨ ਖੇਤਰ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਬਹੁਤ ਬੁਰਾ ਹਾਲ ਆ। ਔਰ ਇਸੇ ਤਰ੍ਹਾਂ ਹੀ ਇਹ ਗਰੀਬ ਇੱਕ ਪਰਿਵਾਰ ਸੀਗਾ ਜਿਨ੍ਹਾਂ ਦਾ ਬੱਚਾ ਕ੍ਰਿਸ਼ਨਾ ਬਿਮਾਰ ਹੋ ਗਿਆ ਔਰ ਉਹਨੂੰ ਕਿਸੇ ਨੇ ਦਾਖਲ ਨਹੀਂ ਕੀਤਾ ਹਸਪਤਾਲ ਦੇ ਵਿੱਚ। ਔਰ ਇਸੇ ਤਰ੍ਹਾਂ ਦੇ ਬਹੁਤ ਸਾਰੇ ਕੇਸ ਨੇ। ਇਹ ਇਕੱਲਾ ਬੱਚਾ ਨਹੀਂ ਮਰਿਆ, ਇਹ ਸਿਸਟਮ ਪੂਰੇ ਦਾ, ਪੂਰੇ ਭਾਰਤ ਦਾ ਇੱਕ ਬੱਚਾ ਮਰਿਆ ਵਾ। ਔਰ ਇਹ ਜਿਹੜਾ ਸਿਸਟਮ ਆ ਇਹਦੇ ਵਿੱਚ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ। ਤੁਸੀਂ ਦੇਖਿਆ ਹੋਊਗਾ ਕਿ ਕਿੰਨੇ ਕਿੰਨੇ ਜਿਹੜੇ ਆਮ ਬੱਚੇ ਮਜ਼ਦੂਰ ਜਿਹੜੇ ਆਪਣੇ ਆਪਣੇ ਰਾਜਾਂ ਨੂੰ ਜਾਂਦੇ ਹੋਏ ਕਿੰਨੇ ਲੋਕ ਮਰ ਗਏ ਨੇ, ਨੰਗੇ ਪੈਰੀਂ ਭੁੱਖੇ ਤੇ ਆਏ, ਗੱਡੀਆਂ ਥੱਲੇ ਆ ਗਏ, ਐਕਸੀਡੈਂਟਾਂ ਦੇ ਨਾਲ ਮਰ ਗਏ ਨੇ, ਔਰ ਕੋਈ ਉਹਦੀ ਸੁਣਵਾਈ ਨਹੀਂ ਗੀ। ਜਿਹੜੇ ਅਮੀਰ ਬੰਦੇ ਉਹਨਾਂ ਨੂੰ ਜਹਾਜ਼ਾਂ ਦੇ ਬਾਹਰੋਂ ਲਿਆਂਦਾ ਜਾ ਰਿਹਾ ਵਾ। ਔਰ ਇਹ ਸਿਸਟਮ ਜਿਹੜਾ ਹਰ ਬੰਦੇ ਵਾਸਤੇ ਇੱਕ ਹੋਣਾ ਚਾਹੀਦਾ ਸੀਗਾ, ਲੇਕਿਨ ਉਹ ਇੱਕ ਹੋ ਨਹੀਂ ਰਿਹਾ। ਪਤਾ ਨਹੀਂ ਕਿਉਂ ਨਹੀਂ ਹੋ ਰਿਹਾ, ਕਿਹੜੇ ਲੋਕ ਸਿਸਟਮ 'ਤੇ ਕਾਬਜ਼ ਨੇ, ਔਰ ਇਹ ਮਾਫੀਆ ਜਿਹੜਾ ਕਾਬਜ਼ ਹੋ ਚੁੱਕਾ ਵਾ। ਅਸੀਂ ਹੌਲੀ ਹੌਲੀ ਲੋਕਾਂ ਨੂੰ ਜਾਗਰਤ ਕਰਕੇ ਇਹ ਮਾਫੀਆ ਨੂੰ ਦਰਕਿਨਾਰ ਕਰਨਾ ਚਾਹੁੰਦੇ ਹਾਂ। ਇਹਦੇ ਵਾਸਤੇ ਸਾਡਾ ਜਾਗਰਤੀ ਸੰਘਰਸ਼ ਜਾਰੀ ਰਹੇਗਾ। ਧੀਰਜ ਜੀ, ਤੁਸੀਂ ਘਬਰਾਓ ਨਾ, ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਹਾਂ, ਔਰ ਜਿੱਥੇ ਵੀ ਤੁਸੀਂ ਜਾਓਗੇ ਸਾਡਾ ਕੋਈ ਨਾ ਕੋਈ ਗਰੁੱਪ ਜਿਹੜਾ ਤੁਹਾਡੇ ਨਾਲ ਚੱਲੇਗਾ, ਔਰ ਤੁਹਾਡੀ ਬਿਲਕੁਲ ਸਪੋਰਟ ਆ। ਤੁਸੀਂ ਕੋਈ ਕਿਸੇ ਗੱਲ ਤੋਂ ਘਬਰਾਉਣਾ ਨਹੀਂ ਗਾ। ਮੈਂ ਪਠਾਨਕੋਟ ਵਾਸੀਆਂ ਨੂੰ, ਸੁਜਾਨਪੁਰ ਵਾਸੀਆਂ ਨੂੰ ਵੀ ਉਹੀ ਬੇਨਤੀ ਕਰਦਾ ਕਿ ਧੀਰਜ ਦਾ ਪੂਰਾ ਪੂਰਾ ਸਾਥ ਦਿਓ, ਕਿਉਂਕਿ ਧੀਰਜ ਇੱਕ ਇਹੋ ਜਿਹਾ ਜਾਗਰਤ ਮੁੰਡਾ ਆ ਕਿ ਜਿਹੜਾ ਤੁਹਾਨੂੰ ਸਮਾਜ ਦੇ ਵਿੱਚ ਜਿੰਨੀਆਂ ਕੁਰੀਤੀਆਂ, ਜਿੰਨੀਆਂ ਪ੍ਰੋਬਲਮਸ ਆ ਰਹੀਆਂ ਉਹਨਾਂ ਵਾਸਤੇ ਤੁਹਾਡੇ ਤੁਹਾਨੂੰ ਜਸਟਿਸ ਦਵਾ ਰਿਹਾ। ਔਰ ਇਹਦੇ ਨਾਲ ਲੱਗੋ ਤਾਂ ਕਿ ਧੀਰਜ ਦਾ ਹੌਸਲਾ ਵਧੇ ਔਰ ਸਾਡੇ ਆਮ ਬੰਦੇ ਨੂੰ ਜਿਹੜਾ ਵਾ ਉਹ ਜਸਟਿਸ ਮਿਲੇ।